ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਦਾ ਜਿਹੜਾ ਟੋਪਿਕ ਹੈ ਸਟੱਡੀ ਵੀਜ਼ੇ ਦਾ ਟੋਪਿਕ ਹੈ। ਜਿੱਦਾਂ ਮੇਰੇ ਆਲਮੋਸਟ ਸਾਰੇ ਟੋਪਿਕਸ ਜਿਹੜੇ ਹੁੰਦੇ ਆ, ਵੀਡੀਓਜ਼ ਜਿਹੜੀਆਂ ਹੁੰਦੀਆਂ ਆ, ਸਟੱਡੀ ਵੀਜ਼ੇ ਦੀਆਂ ਹੁੰਦੀਆਂ ਆ, ਯੂਰਪ ਦੀਆਂ ਹੀ ਹੁੰਦੀਆਂ ਆ। ਸੋ ਅੱਜ ਦੀ ਜਿਹੜੀ ਵੀਡੀਓ ਹੈ, ਇਹ ਵੀਡੀਓ ਵੀ ਯੂਰਪ ਦੀ ਹੋਈ ਆ, ਯੂਰਪੀਅਨ ਕੰਟਰੀ ਦੀ ਹੈ। ਕੰਟਰੀ ਦਾ ਨਾਮ ਹੀ ਤੁਸੀਂ ਸਾਰਿਆਂ ਨੇ ਸੁਣਿਆ ਹੋਣਾ ਆ। ਸੋ ਜਿਹੜੀ ਅੱਜ ਆਪਾਂ ਕੰਟਰੀ ਦੀ ਗੱਲ ਕਰਨ ਜਾ ਰਹੇ ਹਾਂ, ਕੰਟਰੀ ਦੀ ਗੱਲ ਕਰਨ ਜਾ ਰਹੇ ਹਾਂ, ਸ਼ੈਂਗਨ ਕੰਟਰੀ ਹੈ ਸਪੇਨ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਪਰਮਿੰਦਰ ਚੀਮਾ, ਤੁਸੀਂ ਵੇਖ ਰਹੇ ਹੋ ਬਲੌਗਸ ਵਿਦ ਪ੍ਰਿੰਸ ਚੀਮਾ। ਸੋ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਹੀ ਹੈ ਕਿ ਅੱਜ ਜਿਹੜਾ ਵੀਡੀਓ ਦਾ ਟੋਪਿਕ ਹੈ ਸਪੇਨ ਦਾ, ਸਟੱਡੀ ਵੀਜ਼ਾ ਆਪਾਂ ਕਿੱਦਾਂ ਲਗਵਾ ਸਕਦੇ ਹਾਂ, ਸਪੇਨ ਕਿੱਦਾਂ ਜਾ ਸਕਦੇ ਹਾਂ, ਕੌਣ ਕੌਣ ਐਲੀਜੀਬਲ ਹੈਗਾ ਸਪੇਨ ਦਾ ਸਟੱਡੀ ਵੀਜ਼ਾ ਲੈਣ ਦੇ ਲਈ, ਕੀ IELTS ਦੀ ਰਿਕੁਆਇਰਮੈਂਟ ਹੈਗੀ ਆ, ਇੰਗਲਿਸ਼ ਦੀ ਰਿਕੁਆਇਰਮੈਂਟ ਹੈਗੀ ਹੈ, ਕਿ ਇੰਟਰਵਿਊ ਆਉਂਦੀ ਹੈ। ਸੋ ਇਹ ਸਭ ਗੱਲਾਂ ਜਿਹੜੀਆਂ ਹੈਗੀਆਂ ਇਸ ਵੀਡੀਓ ਵਿੱਚ ਆਪਾਂ ਕਲੀਅਰ ਕਰਨੀਆਂ। ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ, ਤੁਹਾਨੂੰ ਯੂਰਪ, ਸ਼ੈਂਗਨ, ਸਪੇਨ ਵਰਗੀ ਕੰਟਰੀ ਦਾ ਪ੍ਰੋਸੈਸ ਸਿੱਖਣ ਵਾਸਤੇ ਮਿਲੇਗਾ। ਸੋ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਲੈਂਦੇ ਹਾਂ ਕੌਣ ਕੌਣ ਐਲੀਜੀਬਲ ਹੈ ਸਪੇਨ ਵਾਸਤੇ, ਕੌਣ ਉੱਥੇ ਜਾ ਸਕਦਾ ਆ, ਕਿ 12 ਪੜ੍ਹ ਕੇ ਆਪਾਂ ਉੱਥੇ ਜਾ ਸਕਦੇ ਹਾਂ। ਜੀ, ਤੁਸੀਂ ਪਲੱਸ ਟੂ ਕੀਤੀ ਹੋਈ ਹੈ, ਤੁਹਾਡੇ ਮਿਨੀਮਮ 55% ਨੰਬਰ ਹੈਗੇ ਆ, ਤੁਸੀਂ ਆਪਣਾ ਸਪੇਨ ਦਾ ਸਟੱਡੀ ਵੀਜ਼ਾ ਲੈਣ ਵਾਸਤੇ ਐਲੀਜੀਬਲ ਹੈਗੇ ਹੋ। IELTS ਦੀ ਰਿਕੁਆਇਰਮੈਂਟ ਨਹੀਂ ਹੈਗੀ, ਤੁਸੀਂ ਇੱਕ ਮੀਡੀਅਮ ਆਫ ਇੰਸਟਰਕਸ਼ਨ ਲੈਟਰ ਨਾਲ ਲਗਾ ਸਕਦੇ ਹੋ, ਜਿੱਥੇ ਤੁਸੀਂ ਆਪਣੇ ਸਕੂਲ ਦੇ ਵਿੱਚ 12th ਕੀਤੀ ਸੀ ਉੱਥੋਂ ਲਿਖਵਾ ਸਕਦੇ ਹੋ ਕਿ ਤੁਹਾਡੀ 12th ਦੇ ਵਿੱਚ ਇੰਗਲਿਸ਼ ਦਾ ਸਬਜੈਕਟ ਸੀਗਾ, ਤੁਹਾਡੀ ਇੰਨੀ ਉਸ ਦੇ ਵਿੱਚ ਪਰਸੈਂਟੇਜ ਹੈਗੀ ਹੈ। ਸੋ ਤੁਸੀਂ ਬਿਨਾਂ IELTS ਤੋਂ ਉੱਥੇ ਅਪਲਾਈ ਕਰ ਸਕਦੇ ਹੋ। ਫਾਇਦਾ ਕੀ ਹੈ ਅਪਲਾਈ ਕਰਨ ਦਾ? ਸਪੇਨ ਇੱਕ ਯੂਰਪੀਅਨ ਕੰਟਰੀ ਹੈ, ਸ਼ੈਂਗਨ ਕੰਟਰੀ ਹੈ। ਪਹਿਲਾਂ ਅੱਜ ਤੋਂ ਕੁਝ ਸਾਲ ਪਹਿਲਾਂ ਇੱਕ ਟ੍ਰੈਂਡ ਚੱਲਿਆ ਸੀ ਕਿ ਸਪੇਨ ਨੇ ਪੇਪਰ ਖੋਲ੍ਹੇ ਸੀਗੇ, ਜਿੰਨੇ ਵੀ ਇਮੀਗ੍ਰੈਂਟ ਸੀਗੇ, ਜਿੰਨੇ ਵੀ ਲੀਗਲ ਇਨਲੀਗਲ ਪਰਸਨ ਸੀਗੇ, ਉਹਨਾਂ ਦੀ ਪ੍ਰੈਫਰੈਂਸ ਬਣ ਗਈ ਸੀ ਸਪੇਨ ਜਾਈਏ, ਸੈਟਲ ਹੋ ਜਾਈਏ। ਜਿੱਦਾਂ ਅੱਜ ਦੇ ਟਾਈਮ ਦੇ ਵਿੱਚ ਪੁਰਤਗਾਲ ਚੱਲ ਰਿਹਾ, ਉਹਦਾ ਸੇਮ ਹੀ ਉਹਦਾ ਸਪੇਨ ਸੀਗਾ। ਸਾਰੇ ਬੰਦੇ ਇੱਥੋਂ 15 ਦਿਨ 20 ਦਿਨ ਦਾ ਵੀਜ਼ਾ ਲੈ ਕੇ ਜਾਂਦੇ ਸੀ, ਕਈ ਲੋਕ ਇਲੀਗਲ ਰਸਤੇ ਜਾਂਦੇ ਸੀ, ਸਪੇਨ ਜਾਂਦੇ ਸੀਗੇ, ਉੱਥੇ ਜਾ ਕੇ ਪੇਪਰ ਅਪਲਾਈ ਹੋ ਜਾਂਦੇ ਸੀਗੇ, ਪੇਪਰ ਮਿਲ ਜਾਂਦੇ ਸੀ, 5 ਸਾਲਾਂ ਬਾਅਦ ਸਿਟੀਜ਼ਨਸ਼ਿਪ ਮਿਲ ਜਾਂਦੀ ਸੀਗੀ, PR ਮਿਲ ਜਾਂਦੀ ਸੀ, ਲਾਈਫ ਸੈਟਲ ਹੋ ਜਾਂਦੀ ਸੀ, ਪੂਰੇ ਯੂਰਪ ਦੇ ਵਿੱਚ ਤੁਸੀਂ ਕਿਤੇ ਵੀ ਰਹਿ ਸਕਦੇ ਸੀਗੇ। ਉਸ ਤੋਂ ਬਾਅਦ ਸਪੇਨ ਦੇ ਵਿੱਚ ਜ਼ਿਆਦਾ ਇਮੀਗ੍ਰੈਂਟਸ ਜਾਣ ਕਰਕੇ ਉਹਨਾਂ ਨੇ ਇਹ ਸਭ ਪੇਪਰ ਵਾਲਾ ਕੰਮ ਬੰਦ ਕਰਤਾ, ਬਹੁਤ ਹੀ ਘੱਟ ਲੋਕਾਂ ਨੂੰ ਮਿਲਦਾ ਸੀਗਾ। ਫਿਰ ਪੁਰਤਗਾਲ ਖੁੱਲ੍ਹਿਆ ਸੀ, ਪੋਲੈਂਡ ਖੁੱਲ੍ਹਿਆ ਸੀਗਾ, ਉੱਧਰ ਜਾਣ ਲੱਗ ਗਏ, ਬਟ ਸਪੇਨ ਦੀ ਪ੍ਰੈਫਰੈਂਸ ਅੱਜ ਵੀ ਲੋਕਾਂ ਦੇ ਵਿੱਚ ਹੈਗੀ ਹੈ ਕਿ ਆਪਾਂ ਸਪੇਨ ਚੱਲ ਜਾਈਏ। ਕਿਉਂ? ਇਨਕਮ ਵਧੀਆ ਆ, ਕੰਟਰੀ ਬਹੁਤ ਵਧੀਆ, ਰੈਪੂਟੇਸ਼ਨ ਕੰਟਰੀ ਵੀ ਵਧੀਆ ਆ ਯੂਰਪ ਦੇ ਵਿੱਚ। ਜੇ ਆਪਾਂ ਸ਼ੈਂਗਨ ਕੰਟਰੀਜ਼ ਬਾਰੇ ਸਰਚ ਕਰਾਂਗੇ, ਦੂਜੇ ਤੀਜੇ ਨੰਬਰ 'ਤੇ ਸਪੇਨ ਦਾ ਨਾਮ ਆਉਂਦਾ ਆ। ਸੋ ਪ੍ਰੋਸੈਸ ਕੀ ਦੱਸਿਆ ਸੀ ਮੈਂ ਤੁਹਾਨੂੰ, IELTS ਤੁਸੀਂ ਬਿਨਾਂ IELTS ਤੋਂ ਅਪਲਾਈ ਕਰ ਸਕਦੇ ਹੋ, 55% ਨੰਬਰ ਤੁਹਾਡੇ ਤੁਹਾਡੇ 12ਵੀਂ ਦੇ ਵਿੱਚ 12th ਦੇ ਵਿੱਚ ਹੈਗੇ, ਬਿਨਾਂ IELTS ਤੋਂ ਅਪਲਾਈ ਕਰ ਸਕਦੇ ਹੋ। ਸੋ ਜੇ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਈ ਹੈ, BA ਕੀਤੀ ਹੋਈ ਹੈ, ਜਾਂ ਤੁਸੀਂ ਬੈਚਲਰਸ ਡਿਗਰੀ ਕਿਸੇ ਵੀ ਚੀਜ਼ ਦੀ ਕੀਤੀ ਹੋਈ ਹੈ, ਡਿਪਲੋਮਾ ਕੀਤਾ ਹੋਇਆ ਆ, ਤੁਸੀਂ ਫਿਰ ਵੀ ਅਪਲਾਈ ਕਰ ਸਕਦੇ ਹੋ, ਬਿਨਾਂ IELTS ਤੋਂ ਕਰ ਸਕਦੇ ਹੋ। 55-60% ਤੁਹਾਡੇ ਨੰਬਰ ਹੈਗੇ ਹੈ, ਕਿਸੇ ਤਰ੍ਹਾਂ ਦੀ IELTS ਦੀ ਲੋੜ ਨਹੀਂ ਹੈ। ਲਾਸਟ ਯੂਨੀਵਰਸਿਟੀ ਕਾਲਜ 'ਤੇ ਤੁਸੀਂ ਆਪਣੀ ਸਟੱਡੀ ਕੀਤੀ ਹੈ, MOI ਲੈਟਰ ਲਿਖਵਾਉਣਾ ਪੈਂਦਾ ਆ, ਮੀਡੀਅਮ ਆਫ ਇੰਸਟਰਕਸ਼ਨ ਕਹਿੰਦੇ ਆ, ਕਿ ਤੁਹਾਡੀ ਲਾਸਟ ਸਟੱਡੀ ਇੰਗਲਿਸ਼ ਦੇ ਵਿੱਚ ਸੀ। ਬਿਨਾਂ IELTS ਤੋਂ ਤੁਸੀਂ ਸਪੇਨ ਦਾ ਵੀਜ਼ਾ ਅਪਲਾਈ ਕਰ ਸਕਦੇ ਹੋ। ਸਭ ਤੋਂ ਪਹਿਲਾਂ ਜੇ ਤੁਸੀਂ 12th ਕੀਤੀ ਹੈ, ਤੁਹਾਨੂੰ ਬੈਚਲਰਸ ਦੇ ਕੋਰਸ ਮਿਲ ਜਾਂਦੇ ਆ, ਬਹੁਤ ਸਾਰੇ ਆਪਸ਼ਨਸ ਮਿਲ ਜਾਂਦੇ ਆ, ਜਿੱਦਾਂ BBA ਮਿਲ ਜਾਂਦੀ ਹੈ, ਬੈਚਲਰਸ ਆਫ ਬਿਜ਼ਨਸ ਐਡਮਿਨਿਸਟ੍ਰੇਸ਼ਨ, ਉਸ ਤੋਂ ਬਾਅਦ ਤੁਹਾਨੂੰ ਬੈਚਲਰਸ ਡਿਗਰੀ ਮਿਲ ਜਾਂਦੀ ਹੈ, ਬੈਚਲਰਸ ਆਫ ਆਰਟਸ ਮਿਲ ਜਾਂਦੀ ਹੈ, ਤੁਹਾਨੂੰ ਇਲੈਕਟ੍ਰੀਕਲ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ, ਕੰਪਿਊਟਰ ਇੰਜੀਨੀਅਰਿੰਗ, ਇੰਜੀਨੀਅਰਿੰਗ ਲਾਈਨ ਦੇ ਕੋਰਸਿਸ ਮਿਲ ਜਾਂਦੇ ਆ, ਤੁਹਾਨੂੰ ਡਿਜ਼ਾਈਨਿੰਗ ਦੇ ਰਿਲੇਟਡ ਕੋਰਸਿਸ ਮਿਲ ਜਾਂਦੇ ਆ ਬੈਚਲਰਸ ਦੇ ਵਿੱਚ। ਜੇ ਤੁਸੀਂ ਆਲਰੇਡੀ ਬੈਚਲਰਸ ਇੰਡੀਆ 'ਚ ਕੀਤੀ ਹੋਈ ਹੈ, MBA ਤੁਹਾਨੂੰ ਸਪੇਨ 'ਚ ਕਰਨ ਵਾਸਤੇ ਮਿਲ ਜਾਏਗੀ, ਜਾਂ ਹੋਰ ਮਾਸਟਰਸ ਕੋਰਸ, ਜਿੱਦਾਂ ਮੈਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੱਸਿਆ ਸੀ, ਇੰਜੀਨੀਅਰਿੰਗ ਲਾਈਨ ਦੇ ਵਿੱਚ ਤੁਹਾਨੂੰ ਬਹੁਤ ਸਾਰੇ ਮਾਸਟਰਸ ਕੋਰਸ ਕਰਨ ਵਾਸਤੇ ਮਿਲ ਜਾਣਗੇ, ਡਿਜ਼ਾਈਨਿੰਗ ਦੇ ਵਿੱਚ ਤੁਹਾਨੂੰ ਮਾਸਟਰਸ ਕੋਰਸ ਮਿਲ ਜਾਣਗੇ, ਕਿਸੇ ਤਰ੍ਹਾਂ ਦੀ ਕੋਈ IELTS ਦੀ ਰਿਕੁਆਇਰਮੈਂਟ ਨਹੀਂ ਹੈ। ਸੋ ਪਲੱਸ ਟੂ ਕੀਤੀ ਹੈ, ਬੈਚਲਰਸ ਵਾਸਤੇ ਅਪਲਾਈ ਹੋ ਜੂਗਾ, ਬੈਚਲਰਸ ਕਰੀਏ ਤਾਂ ਮਾਸਟਰਸ ਵਾਸਤੇ ਤੁਸੀਂ ਅਪਲਾਈ ਕਰ ਸਕਦੇ ਹੋ। ਸੋ ਸਭ ਤੋਂ ਪਹਿਲਾਂ ਅਸੀਂ ਅਪਲਾਈ ਕੌਣ ਕਰ ਸਕਦੇ ਹਾਂ, ਸੈਕਿੰਡ ਆ ਜਾਂਦਾ ਆ ਪ੍ਰੋਸੈਸ ਕੀ ਹੈ। ਪ੍ਰੋਸੈਸ ਕੀ ਹੈ? ਸਭ ਤੋਂ ਪਹਿਲਾਂ ਤੁਸੀਂ ਅਪਲਾਈ ਕਰਨੀ ਹੈ ਆਪਣੀ ਐਡਮਿਸ਼ਨ, ਅਪਲਾਈ ਕਰਨੀ ਹੈ ਆਫਰ ਲੈਟਰ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਅਪਲਾਈ ਕਰਨਾ ਆ ਸਪੇਨ ਦੇ ਵਿੱਚ। ਤੁਹਾਨੂੰ ਕਿਸੇ ਵੀ ਯੂਨੀਵਰਸਿਟੀ ਤੋਂ ਆਫਰ ਲੈਟਰ ਆ ਜਾਂਦੀ ਹੈ, ਤੁਹਾਨੂੰ ਕੋਈ ਯੂਨੀਵਰਸਿਟੀ ਐਕਸੈਪਟ ਕਰ ਲੈਂਦੀ ਹੈ, ਤੁਸੀਂ ਆਪਣਾ ਵੀਜ਼ਾ ਜਿਹੜਾ ਲਗਵਾਉਣ ਵਾਸਤੇ ਐਲੀਜੀਬਲ ਹੋ ਜਾਂਦੇ ਹੋ। ਫੀਸ ਦੀ ਅਗਰ ਗੱਲ ਕਰੀ ਜਾਵੇ, ਕਿੰਨੀ ਫੀਸ ਸਪੇਨ ਦੇ ਵਿੱਚ ਹੈਗੀ ਹੈ, ਜੇ ਬੈਚਲਰਸ ਡਿਗਰੀ ਵਾਸਤੇ ਜਾਣਾ ਆ ਆਪਾਂ, ਤਾਂ 8,000 ਤੋਂ ਲੈ ਕੇ 10,000 ਯੂਰੋ ਸਾਲ ਦੀ ਫੀਸ ਹੈ, 7 ਲੱਖ ਤੋਂ ਲੈ ਕੇ 10 ਲੱਖ ਦੇ ਵਿੱਚ ਵਿੱਚ ਇੱਕ ਸਾਲ ਦੀ ਫੀਸ ਹੈ, 6 ਮਹੀਨੇ ਦੀ ਫੀਸ ਉਹੀ ਰਹਿ ਜਾਏਗੀ ਤੁਹਾਡੀ, ਅਪਰੋਕਸੀਮੇਟਲੀ 4-5 ਲੱਖ ਰੁਪਈਆ। ਸੋ ਸਾਲ ਦੀ ਫੀਸ ਤੁਸੀਂ ਪੇ ਕਰ ਸਕਦੇ ਹੋ, 6 ਮਹੀਨੇ ਦੀ ਫੀਸ ਪੇ ਕਰ ਸਕਦੇ ਹੋ, ਐਡਵਾਂਸ ਪੇ ਫੀਸ ਪੇ ਹੋਏਗੀ ਵੀਜ਼ਾ ਲੱਗਣ ਤੋਂ ਪਹਿਲਾਂ। ਆਫਰ ਲੈਟਰ ਤੁਹਾਡੀ ਆ ਗਈ, ਤੁਸੀਂ ਫੀਸ
ਪੇ ਕਰਤੀ ਬੈਚਲਰਸ ਤੁਸੀਂ ਬੈਚਲਰਸ ਕਰਨ ਜਾ ਰਹੇ ਹੋ ਬੈਚਲਰ ਦੀ ਫੀਸ ਤੁਸੀਂ ਪੇ ਕਰਤੀ ਮਾਸਟਰਸ ਕਰਨ ਜਾ ਰਹੇ ਹੋ ਸੇਮ ਹੀ ਫੀਸ ਹੈ 1500 ਯੂਰੋ ਘੱਟ ਵੱਧ ਹੋ ਜਾਏਗਾ ਸੇਮ ਹੀ ਬੈਚਲਰ ਸੇਮ ਹੀ ਮਾਸਟਰਸ ਦੀ ਫੀਸ ਹੈ ਫੀਸ ਤੁਸੀਂ ਪੇ ਕਰ ਦਿੰਦੇ ਹੋ ਤੁਹਾਨੂੰ ਉੱਥੇ ਯੂਨੀਵਰਸਿਟੀ ਐਕਸੈਪਟੈਂਸ ਲੈਟਰ ਭੇਜ ਦਿੰਦੀ ਹੈ ਕਿ ਤੁਹਾਡੀ ਫੀਸ ਇੱਥੇ ਪਹੁੰਚ ਚੁੱਕੀ ਹੈ ਫਰਦਰ ਪ੍ਰੋਸੈਸ ਕਰੋ ਸਪੇਨ ਦੇ ਵਿੱਚ ਫਰਦਰ ਪ੍ਰੋਸੈਸ ਕੀ ਹੁੰਦਾ ਆ ਫਰਦਰ ਤੁਹਾਨੂੰ ਫੰਡਿੰਗ ਦੀ ਰਿਕੁਆਇਰਮੈਂਟ ਚਾਹੀਦੀ ਹੈ ਕਿੰਨੇ ਫੰਡ ਚਾਹੀਦੇ ਆ 537 ਯੂਰੋ ਪਰ ਮੰਥ ਜਿਹੜੀ ਗਵਰਨਮੈਂਟ ਕਹਿੰਦੀ ਹੈ ਸਾਨੂੰ ਫੰਡ ਸ਼ੋਅ ਕਰੋ ਤੁਸੀਂ ਸਾਲ ਦੇ ਇੱਕ ਲਿਵਿੰਗ ਐਕਸਪੈਂਸਿਸ ਦਿਖਾਉਣੇ ਆ 537 ਨੂੰ 12 ਦੇ ਨਾਲ ਮਲਟੀਪਲਾਈ ਕਰਕੇ ਦੇਖ ਸਕਦੇ ਹੋ ਕਿੰਨੇ ਯੂਰੋਸ ਬਣੇ ਉਸ ਨੂੰ ਤੁਸੀਂ ਇੰਡੀਆ ਦੇ ਅਕੋਰਡਿੰਗ ਮਲਟੀਪਲਾਈ ਕਰਕੇ ਦੇਖ ਸਕਦੇ ਹੋ ਅਪਰੋਕਸੀਮੇਟਲੀ 6-7 ਲੱਖ ਰੁਪਈਆ ਬਣਦਾ ਹੈ ਕੋਈ ਜ਼ਿਆਦਾ ਨਹੀਂ ਆ 6-7 ਲੱਖ ਰੁਪਇਆ ਲਿਵਿੰਗ ਐਕਸਪੈਂਸਿਸ ਦਿਖਾਉਣੇ ਆ ਜੇ ਤੁਹਾਡਾ 2 ਸਾਲ ਦਾ ਕੋਰਸ ਹੈ ਸਾਲ ਦੀ ਫੀਸ ਤੁਸੀਂ ਪੇ ਕਰਤੀ ਆ ਜਿਹੜੀ ਸਾਲ ਦੀ ਫੀਸ ਰਹਿ ਜਾਏਗੀ ਤੁਹਾਨੂੰ ਉਹ ਵੀ ਆਪਣੇ ਫੰਡਾਂ ਦੇ ਵਿੱਚ ਦਿਖਾਉਣੀ ਪੈਂਦੀ ਹੈ ਕੋਈ ਜ਼ਿਆਦਾ ਨਹੀਂ 10-12 ਲੱਖ ਦੇ ਫੰਡ ਤੁਹਾਨੂੰ ਦਿਖਾਉਣੇ ਪੈਣਗੇ ਫੰਡਿੰਗ ਤੁਹਾਨੂੰ ਕਲੀਅਰ ਹੋ ਚੁੱਕੀ ਆ ਫੰਡਿੰਗ ਤੋਂ ਫਰਦਰ ਪ੍ਰੋਸੈਸ ਅਗਲਾ ਕੀ ਆਉਂਦਾ ਆ ਸਪੇਨ 'ਚ ਰਿਕੁਆਇਰਮੈਂਟ ਹੈਗੀ ਆ PCC ਦੀ ਪੁਲਿਸ ਕਲੀਅਰੈਂਸ ਸਰਟੀਫਿਕੇਟ ਚਾਹੀਦਾ ਆ ਤੁਸੀਂ ਆਪਣੇ SSP ਆਫਿਸ ਤੋਂ ਜਾਂ ਪਾਸਪੋਰਟ ਆਫਿਸ ਤੋਂ PCC ਕਰਵਾ ਕੇ ਦੇ ਸਕਦੇ ਹੋ ਉਸ ਦੇ ਵਿੱਚ ਕੀ ਲਿਖਿਆ ਜਾਂਦਾ ਹੈ ਕਿ ਤੁਸੀਂ ਇੱਥੇ ਰਹਿ ਰਹੇ ਸੀਗੇ ਤੁਹਾਡਾ ਜਿਹੜਾ ਬੈਕਗ੍ਰਾਉਂਡ ਹੈ ਤੁਹਾਡੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਵੀ ਕੇਸ ਨਹੀਂ ਹੈ ਤੁਸੀਂ ਆਪਣਾ ਵੀਜ਼ਾ ਇਸ ਕੰਟਰੀ ਦਾ ਅਪਲਾਈ ਕਰ ਸਕਦੇ ਹੋ PCC ਦੀ ਰਿਕੁਆਇਰਮੈਂਟ ਹੈਗੀ ਹੈ ਤੁਹਾਨੂੰ ਅਕੋਮੋਡੇਸ਼ਨ ਬੁੱਕ ਕਰਵਾਉਣੀ ਪੈਂਦੀ ਹੈ 6 ਮਹੀਨੇ ਦੀ ਅਕੋਮੋਡੇਸ਼ਨ ਤੁਹਾਨੂੰ ਦਿਖਾਉਣੀ ਪਏਗੀ ਤੁਸੀਂ ਕਿੱਥੇ ਰਹਿ ਰਹੇ ਹੋ ਸਪੇਨ ਜਾ ਕੇ ਤੁਸੀਂ ਕਿੱਥੇ ਰਹਿਣਾ ਚਾਹੁੰਦੇ ਹੋ ਅਕੋਮੋਡੇਸ਼ਨ ਤੁਹਾਨੂੰ ਬੁੱਕ ਕਰਵਾਉਣੀ ਪਏਗੀ ਪਰ ਮੰਥ ਦੇ ਹਿਸਾਬ ਦੇ ਨਾਲ ਜੇ ਆਪਾਂ ਗੱਲ ਕਰੀਏ 7-8 ਹਜ਼ਾਰ ਰੁਪਇਆ ਪਰ ਮੰਥ ਦਾ ਹੁੰਦਾ ਆ ਆਪਾਂ 1 ਮਹੀਨੇ ਦਾ ਐਡਵਾਂਸ ਰੈਂਟ ਪੇ ਕਰਕੇ ਆਪਣੀ ਅਕੋਮੋਡੇਸ਼ਨ ਬੁੱਕ ਕਰਵਾ ਸਕਦੇ ਹਾਂ ਫਰਦਰ ਕੀ ਚਾਹੀਦਾ ਆ ਜੋ ਤੁਹਾਨੂੰ ਸਪੋਂਸਰ ਕਰ ਰਿਹਾ ਹੈ ਜੇਕਰ ਤੁਸੀਂ ਇੱਥੇ ਇੰਡੀਆ 'ਚ ਜੋਬ ਨਹੀਂ ਕਰਦੇ ਤਾਂ ਤੁਹਾਨੂੰ ਇੱਕ ਆਈਡੀਅਲ ਗੱਲ ਹੁੰਦੀ ਹੈ ਤੁਹਾਡੇ ਫਾਦਰ ਸਾਹਿਬ ਤੁਹਾਨੂੰ ਸਪੋਰਟ ਕਰ ਰਹੇ ਆ ਤੁਸੀਂ ਸਪੇਨ ਜਾ ਕੇ ਸਟੱਡੀ ਕਰੋਗੇ ਸੋ ਤੁਹਾਡੇ ਫਾਦਰ ਦੇ ਆਪਣੇ ਸਪੋਂਸਰਸ਼ਿਪ ਲੈਟਰ ਚਾਹੀਦਾ ਹੋਏਗਾ ਉਹ ਕੰਮ ਕੀ ਕਰਦੇ ਆ ਜੇਕਰ ਜੋਬ ਕਰਦੇ ਆ ਜੋਬ ਦੀ ਸੈਲਰੀ ਸਲਿੱਪ ਚਾਹੀਦੀ ਹੋਏਗੀ 3 ਮਹੀਨੇ ਦੀ ਪਲੱਸ ਉਹਨਾਂ ਦੇ ਬੈਂਕ ਦੀ ਸਟੇਟਮੈਂਟ ਚਾਹੀਦੀ ਹੋਏਗੀ ਜਿੱਥੇ ਉਹਨਾਂ ਦੀ ਹਰੇਕ ਮਹੀਨੇ ਸੈਲਰੀ ਆ ਰਹੀ ਹੈ ਤੇ ਇਨਕਮ ਟੈਕਸ ਜੇਕਰ ਬੰਦਾ ਜੋਬ ਕਰਦਾ ਆ ITR ਵੀ ਫਿਲ ਕਰਦਾ ਆ 2 ਸਾਲ ਦੀਆਂ ਲਾਸਟ ਇਨਕਮ ਟੈਕਸ ਨਾਲ ਲਗਾਉਣੀਆਂ ਪੈਣਗੀਆਂ ਤੁਹਾਡੇ ਸਪੋਂਸਰ ਦੀਆਂ ਜੇਕਰ ਤੁਸੀਂ ਖੁਦ ਜੋਬ ਕਰ ਰਹੇ ਹੋ ਤੁਸੀਂ ਆਪਣੇ ਆਪ ਨੂੰ ਸਪੋਰਟ ਕਰ ਸਕਦੇ ਹੋ ਤੁਸੀਂ ਇੱਥੇ ਕੀ ਕਰ ਰਹੇ ਸੀ ਤੁਹਾਡੀ ਇਨਕਮ ਦੇ ਪ੍ਰੂਫ ਨਾਲ ਲੱਗਣਗੇ ਹੀ ਲੱਗਣਗੇ ਜਿੱਦਾਂ ਇਨਕਮ ਟੈਕਸ ਰਿਟਰਨਸ ਲਾਸਟ 2 ਸਾਲ ਦੀਆਂ ਜਾਂ ਤੁਹਾਡੇ ਜੋਬ ਦਾ ਪ੍ਰੂਫ ਜੇ ਤੁਹਾਡੇ ਫਾਦਰ ਦਾ ਮਦਰ ਦਾ ਜਿਹੜਾ ਵੀ ਤੁਹਾਨੂੰ ਸਪੋਂਸਰ ਕਰ ਰਿਹਾ ਹੈ ਕੋਈ ਬਿਜ਼ਨਸ ਹੈ ਬਿਜ਼ਨਸ ਦੇ ਸਾਰੇ ਡਾਕੂਮੈਂਟਸ ਲੱਗਣਗੇ ਇਨਕਮ ਟੈਕਸ ਰਿਟਰਨਸ ਲੱਗਣਗੀਆਂ ਤੇ ਕਰੰਟ ਅਕਾਊਂਟ ਦੀ ਤੇ GST ਦੀ ਸਟੇਟਮੈਂਟ ਵੀ ਨਾਲ ਲੱਗੇਗੀ ਸੋ ਸਪੋਂਸਰ ਜਿਹੜਾ ਬੰਦਾ ਤੁਹਾਨੂੰ ਕਰ ਰਿਹਾ ਉਸਦੇ ਪੂਰੇ ਫਾਈਨੈਂਸ਼ੀਅਲ ਡਾਕੂਮੈਂਟਸ ਚਾਹੀਦੇ ਹੋਣਗੇ ਸਪੇਨ ਦਾ ਵੀਜ਼ਾ ਅਪਲਾਈ ਕਰਨ ਦੇ ਲਈ ਇਹ ਡਾਕੂਮੈਂਟੇਸ਼ਨ ਤੁਸੀਂ ਇਕੱਠੀ ਕਰ ਲੈਣੀ ਆ ਆਫਰ ਲੈਟਰ ਤੁਹਾਡੀਆਂ ਫੋਟੋਗ੍ਰਾਫਸ ਤੁਹਾਡੇ ਪਾਸਪੋਰਟ ਦੇ ਸਾਰੇ ਪੇਜ ਸਕੈਨ ਤੁਹਾਡਾ ਓਰੀਜਨਲ ਪਾਸਪੋਰਟ ਤੁਹਾਡੀ ਜਿਹੜੀ ਟਿਊਸ਼ਨ ਫੀਸ ਤੁਸੀਂ ਪੇ ਕਰੀ ਹੋਈ ਆ ਟਿਊਸ਼ਨ ਫੀਸ ਦੀ ਰਿਸਿਪਟ ਤੁਹਾਡੇ ਸਪੋਂਸਰ ਦੇ ਸਾਰੇ ਫਾਈਨੈਂਸ਼ੀਅਲ ਡਾਕੂਮੈਂਟਸ ਇਨਕਲੂਡਿੰਗ ITR ਸੈਲਰੀ ਸਲਿੱਪ ਸਾਰੇ ਡਾਕੂਮੈਂਟੇਸ਼ਨ ਤੁਹਾਡੀ PCC ਤੇ ਅਕੋਮੋਡੇਸ਼ਨ ਜਿਹੜੀ ਬੁੱਕ ਰਹੀ ਆ ਡਾਕੂਮੈਂਟਸ ਇਕੱਠੇ ਕਰਨੇ ਆ ਫਾਈਲ ਤਿਆਰ ਕਰਨੀ ਹੈ ਆਪਣੀ ਅਪੋਇੰਟਮੈਂਟ ਬੁੱਕ ਕਰਨੀ ਹੈ ਅਪੋਇੰਟਮੈਂਟ ਬੁੱਕ ਕਰਕੇ ਅੰਬੈਸੀ ਵਿਜ਼ਿਟ ਕਰਨਾ ਹੈ ਅੰਬੈਸੀ ਵਿਜ਼ਿਟ ਕਰਕੇ ਆਪਣੇ ਫਿੰਗਰਪ੍ਰਿੰਟ ਦੇ ਫੋਟੋਗ੍ਰਾਫਸ ਦੇ ਕੇ ਆਉਣੀ ਪੈਂਦੀ ਹੈ ਅੰਬੈਸੀ ਦੀ ਤੁਸੀਂ ਫੀਸ ਹੈ ਜਿਹੜੀ ਫੀਸ ਪੇ ਕਰਨੀ ਹੈ 60 ਯੂਰੋ ਸਟੂਡੈਂਟ ਵੀਜ਼ਾ ਦੀ ਫੀਸ ਹੈ ਤੁਸੀਂ ਉਹ ਫੀਸ ਪੇ ਕਰਨੀ ਹੈ ਪਲੱਸ ਜਿਹੜੇ ਵੀ ਇੱਧਰ ਚਾਰਜਸ ਹੋਣਗੇ ਉਹ ਤੁਸੀਂ 1000-1500 ਹੁੰਦਾ ਹੈ SMS ਵਗੈਰਾ ਜੋ ਵੀ ਉਹਨਾਂ ਦੀ ਸਰਵਿਸ ਹੁੰਦੀ ਹੈ ਉਹ ਪੇ ਕਰਨੇ ਪੈਂਦੇ ਹੈ ਵੀਜ਼ਾ ਅਪਲਾਈ ਕਰ ਦਿੰਦੇ ਹੋ ਇੰਟਰਵਿਊ ਵਾਸਤੇ ਇੰਟਰਵਿਊ ਲਈ ਕਈ ਵਾਰ ਬੁਲਾਇਆ ਜਾਂਦਾ ਆ ਕਈ ਵਾਰੀ ਨਹੀਂ ਬੁਲਾਇਆ ਜਾਂਦਾ ਤੁਹਾਡੀ ਪ੍ਰੋਫਾਈਲ ਵਧੀਆ ਆ ਨਹੀਂ ਬੁਲਾਇਆ ਜਾਊਗਾ ਪ੍ਰੋਫਾਈਲ 'ਚ ਥੋੜ੍ਹਾ ਜਿਹਾ ਵੀ ਡਾਊਟ ਲੱਗਿਆ ਤੁਹਾਡੇ ਸਪੋਂਸਰਸ਼ਿਪ ਦੇ ਜਿਹੜੇ ਤੁਹਾਡਾ ਸਪੋਂਸਰਸ਼ਿਪ ਦੇ ਲੈਟਰਾਂ ਦੇ ਵਿੱਚ ਕੋਈ ਵੀ ਫੇਕ ਲੱਗਿਆ ਤੁਹਾਨੂੰ ਬੁਲਾਇਆ ਜਾਊਗਾ ਸੋ 15-20 ਦਿਨਾਂ ਦੇ ਵਿੱਚ ਸਪੇਨ ਦਾ ਰਿਜ਼ਲਟ ਆ ਜਾਂਦਾ ਹੈ ਕਈ ਕੇਸਿਸ ਦੇ ਵਿੱਚ ਹੁੰਦਾ ਹੈ ਕਿ 2-3 ਮਹੀਨੇ ਵੀ ਲੱਗ ਜਾਂਦੇ ਆ ਬਟ 15-20 ਦਿਨਾਂ ਦੇ ਵਿੱਚ ਸਪੇਨ ਆਪਣਾ ਰਿਜ਼ਲਟ ਦੇ ਦਿੰਦਾ ਆ ਸੋ ਤੁਸੀਂ ਵੀਜ਼ਾ ਲੈ ਕੇ ਸਪੇਨ ਚਲੇ ਜਾਂਦੇ ਹੋ ਤੁਸੀਂ 6 ਮਹੀਨੇ ਉੱਥੇ ਰੈਗੂਲਰ ਸਟੱਡੀ ਦੇ ਹੈਗੇ ਹੋ 6 ਮਹੀਨੇ ਬਾਅਦ ਤੁਸੀਂ ਉੱਥੋਂ ਇੱਕ ਸਪੋਂਸਰ ਭੇਜ ਕੇ ਆਪਣੇ ਫੈਮਿਲੀ ਮੈਂਬਰ ਆਪਣੇ ਡਿਪੈਂਡੈਂਟ ਨੂੰ ਤੇ ਆਪਣੇ ਬੱਚੇ ਨੂੰ ਬੁਲਾ ਸਕਦੇ ਹੋ ਉੱਥੇ 6 ਮਹੀਨੇ ਬਾਅਦ ਜੇ ਤੁਸੀਂ ਰੈਗੂਲਰ ਸਟੱਡੀ ਕਰ ਰਹੇ ਹੋ ਤਾਂ ਵੀਜ਼ਾ ਉਹਨਾਂ ਦਾ ਆਸਾਨੀ ਦੇ ਨਾਲ ਮਿਲ ਜਾਏਗਾ ਕਿਸੇ ਤਰ੍ਹਾਂ ਦੀ ਕੋਈ ਇੰਟਰਵਿਊ ਨਹੀਂ ਹੁੰਦੀ ਹੈ ਇਹ ਆ ਸਪੇਨ ਦਾ ਪੂਰਾ ਪ੍ਰੋਸੈਸ ਵੀਜ਼ਾ ਸਕਸੈਸ ਰੇਟ ਦੀ ਗੱਲ ਕਰੀਏ 99% ਵੀਜ਼ਾ ਗ੍ਰਾਂਟ ਹੋ ਜਾਂਦਾ ਹੈ ਜੇ ਤੁਹਾਨੂੰ ਸਪੇਨ ਦੀ ਕੋਈ ਵੀ ਯੂਨੀਵਰਸਿਟੀ ਐਕਸੈਪਟ ਕਰ ਰਹੀ ਹੈ ਤੁਹਾਡੇ ਸਪੋਂਸਰ ਜਿਹੜਾ ਤੁਹਾਨੂੰ ਕਰ ਰਿਹਾ ਜਾਂ ਤੁਸੀਂ ਇੰਨੇ ਕੁ ਪੈਸੇ ਇਕੱਠੇ ਕਰਕੇ ਰੱਖੇ ਹੋਏ ਆ ਕਿ ਮੈਂ ਉੱਥੇ ਜਾ ਕੇ ਸਟੱਡੀ ਕਰ ਸਕਾਂ ਤਾਂ ਵੀਜ਼ਾ ਗ੍ਰਾਂਟ ਹੋ ਹੀ ਜਾਂਦਾ ਹੈ ਜਨਰਲ ਸਟੂਡੈਂਟ ਜਿਹੜਾ ਹੁੰਦਾ ਆ ਵੀਜ਼ਾ ਗ੍ਰਾਂਟ ਹੋ ਜਾਂਦਾ ਆ ਬਟ ਕਈ ਵਾਰੀ ਕੀ ਹੁੰਦਾ ਆ ਮੋਟਿਵ ਇਹ ਹੁੰਦਾ ਕਿ ਮੈਂ ਸਪੇਨ ਦਾ ਵੀਜ਼ਾ ਲੈ ਕੇ ਅਗਲੀ ਕੰਟਰੀ ਮੂਵ ਕਰ ਜਾਵਾਂ ਤੇ ਹਰੇਕ ਗੱਲ ਜਿਹੜੀ ਡਾਕੂਮੈਂਟਸ ਦੇ ਵਿੱਚ ਆਪਾਂ ਮੈਂਸ਼ਨ ਨਹੀਂ ਕੀਤੀ ਹੁੰਦੀ ਬਟ ਕਿਤੇ ਨਾ ਕਿਤੇ ਫਿਰ ਵੀ ਡਾਊਟ ਉਹਨਾਂ ਨੂੰ ਹੋ ਜਾਂਦਾ ਆ ਵੀਜ਼ਾ ਰਿਜੈਕਸ਼ਨ ਦੇ ਚਾਂਸਸ ਹੋ ਜਾਂਦੇ ਆ ਪੂਰਾ ਪ੍ਰੋਸੈਸ ਇਹ ਸੀ ਸਪੇਨ ਦਾ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਇਸ ਪ੍ਰੋਸੈਸ ਦੇ ਵਿੱਚ ਹੈਲਪ ਚਾਹੀਦੀ ਹੈ ਤੁਸੀਂ ਮੈਨੂੰ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਫੇਸਬੁੱਕ ਤੇ ਕਰ ਸਕਦੇ ਹੋ
ਇੰਸਟਾਗ੍ਰਾਮ ਤੇ ਕਰ ਸਕਦੇ ਹੋ। ਸੋ ਮੇਰੇ ਹੋਰ ਵੀ ਬਹੁਤ ਸਾਰੇ ਵੀਡੀਓਸ ਹੈਗੀਆਂ ਆ, ਜਿੱਦਾਂ ਸਵੀਡਨ, ਡੈਨਮਾਰਕ, ਫਿਨਲੈਂਡ, ਨਾਰਵੇ, ਜਰਮਨੀ, ਬਹੁਤ ਸਾਰੇ ਵੀਡੀਓਸ ਨੇ। ਤੁਸੀਂ ਕਿਸੇ ਵੀ ਕੰਟਰੀ ਦੀ ਇਨਫੋਰਮੇਸ਼ਨ ਯੂਰਪ ਦੇ ਵਿੱਚ ਸਟੱਡੀ ਕਰਨ ਵਾਸਤੇ ਲੈਣੀ ਹੈ, ਤੁਸੀਂ ਮੇਰੇ ਵੀਡੀਓਸ ਚੈੱਕ ਕਰ ਸਕਦੇ ਹੋ। ਸੋ ਵਧੀਆ ਇਨਫੋਰਮੇਸ਼ਨ ਲਈ ਚੈਨਲ ਵੀ ਸਬਸਕ੍ਰਾਈਬ ਕਰ ਸਕਦੇ ਹੋ। ਉਮੀਦ ਹੈ ਅੱਜ ਦਾ ਟੌਪਿਕ ਤੁਹਾਨੂੰ ਪਸੰਦ ਆਇਆ ਹੋਵੇਗਾ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਸਤਿ ਸ਼੍ਰੀ ਅਕਾਲ।